ਜਿੱਥੇ ਐਮਐਲਏ ਯਾਨੀ ਕਿ ਸਲਾਹਕਾਰ ਆਪਣੀ ਸਰਕਾਰੀ ਕੋਠੀ ਦੀ ਮੰਗ ਕਰ ਰਹੇ ਨੇ, ਉੱਥੇ ਹੀ ਦੂਸਰੇ ਪਾਸੇ ਐਮਐਲਏ ਜਲਾਲਪੁਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ। ਕੈਪਟਨ ਸਰਕਾਰ ਦੇ ਖਿਲਾਫ ਉਹਨਾਂ ਨੇ ਦਰਦ ਬਿਆਨ ਕੀਤਾ। ਐਮਐਲਏ ਮਦਨ ਲਾਲ ਜਲਾਲਪੁਰ ਦਾ ਦਰਦ ਛਲਕਦਾ ਹੋਇਆ ਇੱਥੇ ਨਜ਼ਰ ਆ ਰਿਹਾ। ਕੈਪਟਨ ਦੇ ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਠੀਕ ਨਹੀਂ ਹੈ, ਵੱਡਾ ਬਿਆਨ ਦਿੱਤਾ ਗਿਆ ਜਲਾਲਪੁਰ ਦੇ ਵੱਲੋਂ। ਅਫਸਰਸ਼ਾਹੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਅਫਸਰਸ਼ਾਹੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕੋਈ ਪੁਲਿਸ ਵਾਲਾ ਸਾਡੀ ਗੱਲ ਨਹੀਂ ਸੁਣਦਾ। ਅਹਿਮ ਅਤੇ ਵੱਡੀ ਖਬਰ, ਅਹਿਮ ਅਤੇ ਵੱਡਾ ਬਿਆਨ। SSP ਪਟਿਆਲਾ ਨਾਲ ਵੀ ਗੱਲ ਕੀਤੀ ਸੀ, ਵੱਡਾ ਬਿਆਨ ਸਾਹਮਣੇ ਆਇਆ ਜਲਾਲਪੁਰ ਦਾ। ਤੁਹਾਨੂੰ ਬਿਆਨ ਵੀ ਸੁਣਾਇਆ ਜਾਏਗਾ ਕਿਸ ਤਰੀਕੇ ਦੇ ਨਾਲ ਇੱਥੇ ਦਰਦ ਬਿਆਨ ਕਰ ਰਹੇ ਨੇ ਐਮਐਲਏ ਜਲਾਲਪੁਰ। ਐਮਐਲਏ ਮਦਨ ਲਾਲ ਜਲਾਲਪੁਰ ਦਾ ਦਰਦ ਛਲਕਦਾ ਹੋਇਆ ਨਜ਼ਰ ਆ ਰਿਹਾ। ਉਹਨਾਂ ਦੇ ਦਿਲ ਦੇ ਵਿੱਚ ਜੋ ਵੀ ਸੀਗਾ ਕੈਪਟਨ ਸਰਕਾਰ ਨੂੰ ਲੈ ਕੇ ਸਭ ਕੁਛ ਬਿਆਨ ਕਰ ਦਿੱਤਾ ਉਹਨਾਂ ਨੇ। ਕਿਸ ਤਰੀਕੇ ਦੇ ਨਾਲ ਉਹ ਪਰੇਸ਼ਾਨ ਚੱਲ ਰਹੇ ਨੇ ਕਿਉਂਕਿ ਅਫਸਰਸ਼ਾਹੀ ਇਹਨਾਂ ਨੂੰ ਦਬਾ ਰਹੀ ਹੈ। ਇਹ ਵੱਡਾ ਬਿਆਨ ਇਹਨਾਂ ਨੇ ਦਿੱਤਾ, ਅਫਸਰਸ਼ਾਹੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕੋਈ ਵੀ ਪੁਲਿਸ ਵਾਲਾ ਸਾਡੀ ਕੋਈ ਗੱਲ ਨਹੀਂ ਸੁਣਦਾ। ਐਮਐਲਏ ਸਾਹਿਬ ਇਹ ਬਿਆਨ ਦੇ ਰਹੇ ਨੇ, ਸਾਫ਼ ਤੌਰ 'ਤੇ ਅੰਦਾਜ਼ਾ ਲੱਗ ਸਕਦਾ ਸਥਿਤੀ ਕੀ ਕੁਝ ਹੈ ਸੂਬੇ ਦੀ ਫਿਲਹਾਲ। ਅਗਰ ਐਮਐਲਏ ਹੀ ਇੰਨਾ ਵੱਡਾ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਤਾਂ ਕੀ ਕੁਝ ਆਮ ਲੋਕ ਸੁਣਵਾਈ ਹੋਏਗੀ, ਆਮ ਲੋਕਾਂ ਦੀ ਇਸ 'ਤੇ ਵੱਡੇ ਵਿਚਾਰ, ਇਸ 'ਤੇ ਵੱਡੇ ਸਵਾਲਾਂ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਅਹਿਮ ਅਤੇ ਵੱਡੀ ਖਬਰ ਦੀ ਗੱਲ ਕਰ ਰਹੇ ਹਾਂ, ਤੁਹਾਨੂੰ ਬਿਆਨ ਵੀ ਸੁਣਾਵਾਂਗੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣਾ ਦਰਦ ਬਿਆਨ ਕੀਤਾ। ਐਕਸਕਲੂਸਿਵ ਇਹ ਤਸਵੀਰਾਂ ਨਾਲ ਹੀ ਐਕਸਕਲੂਸਿਵ ਬਿਆਨ ਤੁਹਾਨੂੰ ਸੁਣਾਇਆ ਜਾਏਗਾ ਕਿ ਕੁਝ ਕਿਹਾ ਜਾ ਰਿਹਾ ਹੈ ਜਲਾਲਪੁਰ ਦੇ ਵੱਲੋਂ। ਇੱਥੇ ਵੱਡੇ ਸਵਾਲ ਬਹੁਤ ਖੜ੍ਹੇ ਹੋ ਰਹੇ ਨੇ, ਜੋ ਕਿ ਲੰਬੀ ਲਿਸਟ ਸਵਾਲਾਂ ਦੀ ਬਣ ਜਾਂਦੀ ਹੈ। ਜੇਕਰ ਐਮਐਲਏ ਸਾਹਿਬ ਅਜਿਹਾ ਬਿਆਨ ਦੇ ਰਹੇ ਨੇ ਕਿ ਸਾਡੀ ਸੁਣਵਾਈ ਨਹੀਂ ਹੈ, ਸਾਨੂੰ ਕੋਈ ਨਹੀਂ ਪੁੱਛ ਰਿਹਾ, ਅਸੀਂ SSP ਸਾਹਿਬ ਨੂੰ ਵੀ ਕਿਹਾ ਸੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਤਾਂ ਆਮ ਲੋਕਾਂ ਦੀ ਸੁਣਵਾਈ ਕਿੱਥੇ ਕੁ ਤੱਕ ਖੜ੍ਹੀ ਹੈ। ਵੱਡੇ ਸਵਾਲ ਖੜ੍ਹੇ ਕਰ ਰਿਹਾ ਬਿਆਨ ਜੋ ਜਲਾਲਪੁਰ ਦੇ ਵੱਲੋਂ ਦਿੱਤਾ ਗਿਆ, ਕੋਈ ਪੁਲਿਸ ਵਾਲਾ ਸਾਡੀ ਸੁਣਵਾਈ ਨਹੀਂ ਕਰਦਾ। ਸੋ ਕੈਪਟਨ ਸਾਹਿਬ ਤੁਹਾਡੇ ਤੱਕ ਇਹ ਸਿੱਧੇ ਜਿਹੜੇ ਵਾਕਈ ਬਿਆਨ ਆਉਂਦੇ ਨੇ, ਵੱਡੇ ਸਵਾਲ ਆਉਂਦੇ ਨੇ, ਬਿਆਨ ਜਿਹੜਾ ਸਾਫ਼ ਤੌਰ 'ਤੇ ਦਿੱਤਾ ਗਿਆ, ਇਸ ਦਾ ਤਾਂ ਵਾਕਈ ਹੱਲ ਹੋਣਾ ਚਾਹੀਦਾ, ਕਿਉਂਕਿ ਜੇਕਰ MLA ਸਾਹਿਬ ਦੀ ਕੋਈ ਸੁਣਵਾਈ ਨਹੀਂ ਹੈ ਤਾਂ ਆਮ ਲੋਕਾਂ ਦੀ ਕੀ ਕੁਝ ਸੁਣਵਾਈ ਹੋਏਗੀ, ਇਹ ਤਾਂ ਪੁੱਛਣ ਵਾਲੀ ਗੱਲ ਵਾਕਈ ਬਣਦੀ ਹੈ। ਕੋਈ ਪੁਲਿਸ ਵਾਲਾ ਸਾਡੀ ਸੁਣਵਾਈ ਨਹੀਂ ਕਰਦਾ, ਜਲਾਲਪੁਰ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ। ਐਕਸਕਲੂਸਿਵ ਤੁਹਾਨੂੰ ਬਿਆਨ ਵੀ ਸੁਣਾਵਾਂਗੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣਾ ਦਰਦ ਬਿਆਨ ਕੀਤਾ। ਸੁਣਦੇ ਇੱਕ ਵਾਰ, ਕਦੇ ਅੱਜ ਤੱਕ ਸੁਣਿਆ ਨਹੀਂ ਸੀ ਇੰਨਾ ਕੈਪਟਨ ਦਾ ਬੋਲਬਾਲਾ ਸੀ 2002 ਤੋਂ 2007 ਤੱਕ। ਉਦੋਂ ਕੈਪਟਨ ਸਾਹਿਬ ਦੇ ਮੰਤਰੀ ਸਿਆਣੇ ਸੀ ਸਾਰੇ, ਉਹਨਾਂ ਨੇ ਸਰਕਾਰ ਚਲਾਈ। ਹੁਣ ਤਾਂ ਅਫਸਰਸ਼ਾਹੀ ਸਰਕਾਰ ਚਲਾ ਰਹੀ ਹੈ, ਕੈਪਟਨ ਸਾਹਿਬ ਤਾਂ ਸਰਕਾਰ ਹੀ ਨਹੀਂ ਚਲਾ ਰਹੇ। ਜੇ ਮੇਰੀ ਗੱਲ ਸੁਣੋ ਯਾਰ, ਤੁਸੀਂ ਦੁਨੀਆਂ 'ਚ ਬੈਠੇ ਹੋ, ਜੇ ਅੱਜ ਹਫ਼ਤਾ ਹੋ ਗਿਆ ਬੰਦੇ ਨਹੀਂ ਫੜੇ ਗਏ, ਕੀ ਤੁਸੀਂ ਸਮਝ ਲਓ ਕੀ ਹੋ ਰਿਹਾ ਇੱਥੇ? ਜੇ ਅੱਜ ਇੱਕ ਹਫ਼ਤੇ 'ਚ ਬੰਦੇ ਨਹੀਂ ਫੜੇ ਗਏ, ਇਹ ਕੀ ਹੋ ਰਿਹਾ? ਜੇ ਪੁਲਿਸ ਚਾਹੇ ਤਾਂ ਰਾਤੋਂ ਰਾਤ ਸਾਰੇ ਇਕੱਠੇ ਕਰ ਲਾਂਦੀ। ਕੀ ਪ੍ਰੈਸ਼ਰ ਆ ਪੁਲਿਸ 'ਤੇ, ਕਿਹਦਾ ਪ੍ਰੈਸ਼ਰ ਆ? ਗੱਲ ਸਮਝ ਕੇ ਨਹੀਂ। ਜੇ ਸ਼੍ਰੋਮਣੀ ਅਕਾਲੀ ਦਲ ਪ੍ਰੈਸ਼ਰ, ਪ੍ਰੇਮ ਸਿੰਘ ਚੰਦੂਮਾਜਰਾ ਉਹਦਾ ਮੁੰਡਾ ਹਰਿੰਦਰ ਚੰਦੂਮਾਜਰਾ, ਇਹ ਉਲਟਾ ਜਾ ਕੇ ਮਿਲਦੇ ਆ SSP ਦੇ ਪ੍ਰੈਸ਼ਰ ਬਾਰੇ ਆ, ਇਹ ਦਵਾ ਰੱਖਿਆ ਸਾਰੇ ਇਹਨਾਂ ਨੇ। ਮੈਂ ਕਹਿੰਦਾ ਸੰਤੁਸ਼ਟ ਕੀ ਹੋਵੇ, ਬੰਦੇ ਮੇਰੇ ਵੱਢ ਗਏ, ਮੇਰੇ 'ਤੇ ਹੀ ਬੋਲਬਾਲਾ ਹੋ ਰਿਹਾ। MLA ਕਹਿ ਰਿਹਾ ਜੀ 307 ਦਾ ਪਰਚਾ ਕਰ ਦਿਉ ਜੀ, MLA ਕਹਿਣਗੇ ਜਨਾਨੀਆਂ ਚੱਕ ਲਓ। ਕਿਹੜੀ ਜਨਾਨੀ ਚੱਕ ਲਈ ਪੁਲਿਸ ਨੇ ਸਾਡੇ ਕਹਿਣ 'ਤੇ? ਮੇਰਾ ਕਹਿਣ ਦਾ ਮਤਲਬ ਕਿਹੜੀ ਜਨਾਨੀ ਸਾਡੇ ਕਿਸੇ 'ਤੇ ਚੱਕ ਲਈ? ਕੀ ਇਹਨਾਂ ਨੇ ਸਾਡੇ ਕਿਸੇ 'ਤੇ ਕਰਤਾ? ਸਾਡੇ ਕਿਸੇ 'ਤੇ ਬੰਦੇ ਨਹੀਂ ਫੜ ਸਕੇ, ਸਾਡੇ ਕਿਸੇ 'ਤੇ 300 ਦਾ ਕਿੱਥੋਂ ਲਾ ਦੇਣਗੇ? ਕਿੱਥੇ ਸਾਡੇ ਕਿਸੇ ਦੇਣਗੇ ਜਨਾਨੀਆਂ ਚੱਕ ਲੈਣੇ? ਇਹ ਤਾਂ ਬੰਦੇ ਨਹੀਂ ਫੜੇ ਗਏ ਦੇਣ, ਜਿਹੜੇ ਬੰਦਿਆਂ ਨੇ ਵੱਢਿਆ ਸਾਡੇ ਕਿਸੇ 'ਤੇ ਉਹ ਨਹੀਂ ਫੜੇ ਗਏ। ਅਸੀਂ ਜਨਾਨੀਆਂ ਕਿੱਥੇ ਫੜਾ ਦਾਂਗੇ ਇਹਨਾਂ ਦੀਆਂ? ਯਾਰ ਕੋਈ ਬੰਦਾ ਐਮਰਜੈਂਸੀ ਵੱਢਦਾ? ਤੁਸੀਂ ਯਾਰ ਇੰਨੇ ਪ੍ਰੈਸ ਖੜੀ ਆ, ਮੈਂ ਵਿਰੋਧੀ ਧਿਰ ਕੀ ਕਰ ਰਿਹਾ? ਮੈਂ ਹੀ ਕਹਿ ਰਿਹਾ, ਮੈਂ ਹੀ ਕਹਿ ਰਿਹਾ ਵਿਰੋਧੀ ਧਿਰ ਕੀ ਕਰ ਰਿਹਾ? ਜੇ 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 ਲਾੜੇ ਨਾਲ ਆਰਡਰ ਹੁੰਦਾ, ਕਦੇ ਐਮਰਜੈਂਸੀ 'ਚ ਕਿਰਪਾਨਾਂ ਚੱਲਦੀਆਂ ਦੇਖਿਆ ਤੁਸੀਂ? ਯਾਰ ਤੁਹਾਡੀ ਇੰਨੀ ਉਮਰ ਹੋ ਗਈ ਮੇਰੇ ਵੀਰੋ, ਤੁਸੀਂ ਰੋਜ਼ ਨਾਲ ਬਾਅਦ ਤੁਹਾਡਾ ਹਰ ਪਾਰਟੀ ਨਾਲ ਤੁਹਾਡਾ ਵਾ, ਕਦੇ ਦੇਖ ਨਹੀਂ ਸਰਕਾਰ ਵੀ ਸਰਕਾਰ ਦੇ ਬੰਦੇ ਜਾ ਰਹੇ ਆ, ਸਰਕਾਰ ਦੇ ਬੰਦੇ ਐਮਰਜੈਂਸੀ ਨਾਲ ਵੱਢੇ ਜਾ ਰਹੇ ਆ, ਅਰ ਕੋਈ ਫੜਿਆ ਜਾਵੇ? ਮੈਂ ਤਾਂ ਕਮੇਟੀ 'ਚ ਕੋਈ ਮੁੱਦਾ ਉਠਾਇਆ, SSP ਨੂੰ ਕਿਹਾ, ਮੈਂ ਜੀ ਫੋਟੋ ਇਹਨਾਂ ਨੂੰ, ਅਸੀਂ ਕਿਹਾ ਜੀ ਇਹ ਕਹਿੰਦੇ ਸਾਨੂੰ ਫੜ ਲਾਂਗੇ, ਪਰ ਅੱਜ ਤੱਕ ਇੱਕ ਹਫ਼ਤਾ ਹੋ ਗਿਆ। ਮੈਂ ਤਾਂ ਜ਼ਰੂਰ ਕਹੂੰਗਾ ਤੁਹਾਨੂੰ, ਇੱਕ ਤਾਂ ਪਹਿਲਾਂ ਇਹਨਾਂ ਦੇ ਘਰੇ ਜਾ ਕੇ ਦੇਖਿਆ ਵੀ ਕਿਹੜਾ ਤਾਲਾ ਲੱਗਿਆ ਵਾ ਇਹਨਾਂ ਦੇ। ਜੇ ਮਾੜਾ ਮੋਟਾ ਇਹਨੂੰ ਟੈਟ ਕਰਦੇ, ਪੁਲਿਸ ਟੈਟ ਕਰਦੇ ਉਹਨਾਂ ਨੂੰ, ਮੇਰੀ ਗੱਲ ਸੁਣੋ, ਪਹਿਲਾਂ ਵੀ ਤਾਂ ਜਦੋਂ ਕੋਈ ਬੰਦਾ ਕਤਲ ਹੁੰਦਾ ਸੀ, ਕੋਈ ਵੱਢਦਾ ਸੀ, ਪੁਲਿਸ ਟੈਟ ਕਰਕੇ ਇਹਨੂੰ ਫੜਦੇ ਸੀ। ਅੱਜ ਤਾਂ ਮੌਜਾਂ ਮਾਰੀਆਂ ਘਰੇ ਸਾਰੇ, ਮੇਰੀ ਗੱਲ ਸੁਣਿਆ ਕਿ ਨਹੀਂ? ਅੱਗੇ ਕੀ ਹੁੰਦਾ ਸੀ, ਪੁਲਿਸ ਸਖਤੀ ਕਰਦੀ ਸੀ, ਹੁਣ ਕੋਈ ਸਖਤੀ ਨਹੀਂ ਕਰਦਾ। ਹੁਣ ਇਹਨਾਂ 'ਤੇ ਇੰਨਾ ਕੁ ਪ੍ਰੈਸ਼ਰ ਆ, ਅੱਜ ਉਹਨਾਂ ਦੇ ਪੂਰੇ ਪਰਿਵਾਰ ਘਰੇ ਬੈਠੇ ਆ,
ਉਹਨਾਂ ਦਾ ਪੂਰਾ ਕੰਮ ਚੱਲ ਰਿਹਾ, ਉਹਨਾਂ ਕੀ ਲੋੜ ਹੈ ਬੇਸ ਹੋਣ ਦੀ? ਜਿਹੜੇ ਇੱਕ ਤਾਂ ਪਟਿਆਲੇ 'ਚ ਮੈਂ ਕਹੂੰਗਾ ਇੱਕ ਕੋਈ ਵਧੀਆ ਇੰਸਪੈਕਟਰ ਵੀ ਨਹੀਂ ਹੈ ਜਿਹੜਾ ਇੱਥੇ ਕੋਈ ਕੰਟਰੋਲ ਕਰ ਲਏ, ਪਤਾ ਨਹੀਂ ਕੀ ਹੈਗਾ ਕੀ ਨਹੀਂ। ਜਿੰਨੇ ਇੱਥੇ ਬੰਦੇ ਸੀ ਇੰਸਪੈਕਟਰ ਸਾਹਿਬ ਭੱਜ ਭੁੱਜ ਕੇ, ਕੋਈ DSP ਬਣ ਗਿਆ, ਕੋਈ ਜ਼ਿਲ੍ਹਾ ਛੱਡ ਗਿਆ, ਅੱਜ ਇੱਕ ਬੰਦਾ ਵੀ ਇਹੋ ਜਿਹਾ ਹੈ ਨਹੀਂ ਜਿਹੜਾ ਕੋਈ ਥਾਣੇ ਕੰਟਰੋਲ ਕਰ ਲਏ। ਇੱਕ ਤਾਂ ਸਾਡੇ ਇੰਨੀ ਕੁ ਅਫਸਰਸ਼ਾਹੀ ਹੈਵੀ ਹੋਈ ਵੀ ਆ, ਇੰਨੇ ਕੁ DGP ਬਣਾ ਦੇ, ADGP ਬਣਾ ਦੇ, IG ਬਣਾ ਦੇ, ਕਿੰਨੇ ਕੁ DSP ਬਣਾ ਦੇ। ਜਿਸ ਬੰਦੇ ਦੀ ਲੋੜ ਅੱਜ ਥਾਣਿਆਂ 'ਚ ਜਿਹਨਾਂ ਨੇ ਕੰਟਰੋਲ ਕਰਨਾ, ਅੱਜ ਉੱਥੇ ਨਾ ਪੁਲਿਸ ਆ, ਨਾ ਕੋਈ ਇੰਸਪੈਕਟਰ ਆ, ਨਾ ਉੱਥੇ ਕੋਈ ਸਾਨੂੰ ਬੰਦਾ ਲੱਭਦਾ ਜਿਹੜਾ ਕੰਟਰੋਲ ਕਰੇ। ਜਿਹੜੇ ਚੰਡੀਗੜ੍ਹ ਬੈਠੇ ਆ 100 ਦੀ ਫੌਜ ਅਫਸਰਾਂ, ਉਹਨਾਂ ਨੇ ਕੰਟਰੋਲ ਕਰਨਾ ਅੱਗੇ ਹਲਕਿਆਂ 'ਚ, ਜਾਂ ਉਹਨਾਂ ਨੇ ਅੱਗੇ ਲਾਅ ਐਂਡ ਆਰਡਰ ਕਾਬੂ ਕਰਨਾ? ਉੱਦਾਂ ਸੁਣਗਾ ਜਿਹੜੇ ਬੰਦੇ ਸਾਡੇ ਲੱਗੇ ਹੋਏ ਆ, ਇੰਨੇ ਕੁ ਇਹਨਾਂ ਨੇ ਸੈੱਲ ਬਣਾ ਤੇ, ਇੱਦਾਂ ਉਹਨਾਂ ਦੀ ਆਓ ਭਗਤ ਕਰਦੇ ਮਰਦੇ ਨੇ ਜਿਹੜੇ ਸਬ ਇੰਸਪੈਕਟਰ ਲੱਗੇ ਆ। ਇੱਕ ਵੀ ਇੰਸਪੈਕਟਰ ਮੇਰੇ ਹਲਕੇ 'ਚ ਨਹੀਂ ਹੈ ਜਿਹੜਾ ਮੈਂ ਕਹਿ ਸਕਦਾ ਕੋਈ ਕੰਟਰੋਲ ਕਰ ਲਏ। ਜ਼ਹਿਰ ਜਿਹੜੇ ਮੁੰਡੇ ਸਾਡੇ ਕਾਂਗਰਸ ਪਾਰਟੀ ਦੇ ਪਿੰਡਾਂ 'ਚ ਇੱਕ ਟਿਊਬਵੈੱਲ ਚਲਾਉਂਦੇ ਆ ਪਿੰਡ ਵਾਲੇ ਪਾਣੀ ਦਾ, ਪਾਣੀ ਸਪਲਾਈ ਵਾਲਾ, ਜਿਹੜੇ 5-6 ਹਜ਼ਾਰ ਉਹਨਾਂ ਨੂੰ ਮਿਲਦਾ ਸੀ, ਇਹਨਾਂ ਨੇ ਪੁਲਿਸ ਨੂੰ ਬੁਲਾ ਕੇ ਵੀ ਚਾਬੀਆਂ ਖੋਲ੍ਹ ਕੇ ਇਹਨਾਂ ਨੇ ਆਪਣੇ ਵਰਕਰ ਨੂੰ ਦੇਤੀਆਂ ਸੀ। ਅੱਜ 3 ਸਾਲ ਹੋ ਗਏ, ਅੱਜ ਉਹੀ ਬੰਦੇ ਜਿਹਨਾਂ ਨੇ ਚਾਬੀਆਂ ਖੋਲ੍ਹ ਕੇ ਇਹਨਾਂ ਨੂੰ ਫੜਾਈਆਂ ਸੀ, ਜਿਹਨਾਂ ਦੇ ਖੋਈਆਂ ਉਹਨਾਂ ਨੂੰ ਵੀ ਲਾਇਆ, ਅੱਜ ਉਹੀ ਬੰਦੇ ਕੰਮ ਕਰ ਰਹੇ ਹਾਂ। ਸਾਡੀ ਤਾਂ ਜੇ ਸਾਡੀ ਸੁਣਾਈ ਹੋਈ ਹੁੰਦੀ, ਸਾਡੀ ਕੋਈ ਆਵਾਜ਼ ਚੱਕਦਾ? ਸੋ ਬਿਆਨ ਤੁਹਾਨੂੰ ਸੁਣਵਾਇਆ, ਵਾਕਈ ਬਿਆਨ ਚੁਕਾ ਦੇਣ ਵਾਲਾ ਬਿਆਨ ਹੈ MLA ਸਾਹਿਬ ਦਾ। ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਕੈਪਟਨ ਸਰਕਾਰ ਨਹੀਂ ਚਲਾ ਰਹੇ, ਅਫਸਰਸ਼ਾਹੀ ਸਰਕਾਰ ਚਲਾ ਰਹੀ। ਵੱਡਾ ਬਿਆਨ ਦਿੱਤਾ ਗਿਆ MLA ਸਾਹਿਬ ਦੇ ਵੱਲੋਂ, ਤੇ ਇਸ ਤੇ ਵਾਕਈ ਘੋਖ ਪੜਤਾਲ ਕਰਨੀ ਬੇਹੱਦ ਹੀ ਜ਼ਰੂਰੀ ਹੈ। ਇਸ ਲਈ ਸਾਡੇ ਪੱਤਰਕਾਰ ਦੋਵੇਂ ਮੌਜੂਦ ਨੇ ਸਾਡੇ ਨਾਲ, ਪਟਿਆਲਾ ਤੋਂ ਅਵਿਨਾਸ਼ ਕੰਬੋਜ ਤੇ ਦੂਸਰੇ ਪਾਸੇ ਅਨਮੋਲ ਗੁਲਾਟੀ ਚੰਡੀਗੜ੍ਹ ਤੋਂ ਸਾਡੇ ਨਾਲ ਮੌਜੂਦ ਨੇ। ਅਵਿਨਾਸ਼, ਤੁਹਾਡੇ ਕੋਲ ਆਉਣਾ ਚਾਹਾਂਗੇ ਸਭ ਤੋਂ ਪਹਿਲਾਂ, ਕਿਉਂਕਿ ਇਸ ਗੱਲਬਾਤ ਦੀ ਗੱਲ ਕਰੀਏ ਤਾਂ ਉਸ ਬਾਬਤ ਹੋ ਰਹੀ ਸੀ ਜੋ ਮਸਲਾ ਹਸਪਤਾਲ ਦੇ ਵਿੱਚ, ਰਾਜਪੁਰਾ ਦੇ ਵਿੱਚ ਹੋਇਆ ਸੀ, ਸਰੇਆਮ ਗੁੰਡਾਗਰਦੀ ਕੀਤੀ ਗਈ ਸੀ, ਉਸ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ MLA ਸਾਹਿਬ। ਸਭ ਤੋਂ ਪਹਿਲਾਂ ਕੀ ਕੁਝ ਕਹੋਗੇ ਫਿਲਹਾਲ ਇਸ ਬਿਆਨਾਂ ਨੂੰ ਲੈ ਕੇ? ਗਰਜੋਤ, ਸਾਫ਼ ਤੌਰ 'ਤੇ ਜਿਹੜੇ ਵਿਧਾਇਕ ਦਾ ਕਹਿਣਾ ਸੀ ਕਿ ਇਹਦੀ ਸ਼ਿਕਾਇਤ ਕੀਤੀ ਸੀਗੀ, ਲੇਕਿਨ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਸੀ ਅਫਸਰਸ਼ਾਹੀ ਇੰਨੀ ਹੈਵੀ ਹੋ ਚੁੱਕੀ ਹੈ ਵਿਧਾਇਕਾਂ ਦੇ ਉੱਪਰ ਵੀ, ਕਿ ਵਿਧਾਇਕ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ SSP ਨਾਲ ਵੀ 4 ਵਿਧਾਇਕਾਂ ਨੇ ਗੱਲ ਕੀਤੀ ਸੀਗੀ, ਇਕੱਲੇ ਪਟਿਆਲਾ ਦੇ ਨਹੀਂ, ਘਨੌਰ ਦੇ ਨਹੀਂ, ਸਮਾਣੇ ਦੇ ਵਿਧਾਇਕ ਵੀ ਇਹਦੇ ਵਿੱਚ ਇਨਵੋਲਵ ਸੀਗੇ। ਲੇਕਿਨ ਗੱਲ ਇਹ ਹੈਗੀ ਕਿ ਉਹਨਾਂ ਦਾ ਸਾਫ਼ ਤੌਰ ਤੇ ਇਲਜ਼ਾਮ ਹੈ ਅਫਸਰਸ਼ਾਹੀ ਦਾ, ਯਾਨੀ ਕਿ SSP ਪਟਿਆਲਾ ਵੱਲੋਂ ਇੱਥੇ ਕਾਰਵਾਈ ਨਹੀਂ ਕੀਤੀ ਜਾ ਰਹੀ। ਇੱਥੇ ਤੱਕ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਜਦ ਵੀ ਪੰਜਾਬ ਦੇ ਮੁੱਖ ਮੰਤਰੀ ਆਣਗੇ, ਉਹਨਾਂ ਨਾਲ ਜਿਹੜੇ ਵਿਧਾਇਕ ਹੈਗੇ ਉਹ ਬਹਿ ਕੇ ਗੱਲ ਕਰਨਗੇ ਕਿ ਅਫਸਰਸ਼ਾਹੀ ਜਿਹੜੀ ਹੈਗੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ, ਜਾਂ ਥਾਣੇ ਦੇ ਅਧਿਕਾਰੀ ਹੈ ਉਹ ਵੀ ਵਿਧਾਇਕ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਆ। ਕਿਤੇ ਨਾ ਕਿਤੇ ਸਰੇਆਮ ਜਿਹੜਾ ਧੱਕਾ ਹੋ ਰਿਹਾ ਉਹ ਵਿਧਾਇਕਾਂ ਨਾਲ ਵੀ ਹੋ ਰਿਹਾ। ਸਾਫ਼ ਤੌਰ ਤੇ ਮਦਨ ਲਾਲ ਜਲਾਲਪੁਰ ਜਿਹੜੇ ਭਾਵੁਕ ਹੁੰਦੇ ਹੋਏ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਇੱਥੇ 10 ਸਾਲ ਪਹਿਲਾਂ ਵੀ ਅਸੀਂ MA ਸੀ, ਤੇ 10 ਸਾਲ ਬਾਅਦ ਜਦ ਸਾਡੀ ਸਰਕਾਰ ਆਈ ਹੈ 3 ਸਾਲਾਂ ਤੋਂ, ਤਦ ਵੀ ਸਾਡੇ ਨਾਲ ਜਿਹੜਾ ਅਫਸਰਸ਼ਾਹੀ ਰਵੱਈਆ ਉਹੀ ਹੈ। ਸਾਨੂੰ ਪੁੱਛਿਆ ਨਹੀਂ ਜਾਂਦਾ, ਜੇ ਅਸੀਂ ਕੰਮ ਕਹਿੰਦੇ ਤਾਂ ਕੰਮ ਨਹੀਂ ਹੁੰਦਾ। ਅਸੀਂ ਜਨਤਾ ਨੇ ਚੁਣ ਕੇ ਬਣਾਇਆ, ਤੇ ਜਨਤਾ ਦੇ ਜੇ ਕੰਮ ਨਹੀਂ ਹੋਣਗੇ ਤਾਂ ਵੋਟ ਕੌਣ ਸਾਨੂੰ ਪਾਊਗਾ? ਕਿਤੇ ਨਾ ਕਿਤੇ ਸਾਫ਼ ਤੌਰ ਤੇ SSP ਪਟਿਆਲਾ ਤੇ ਨਿਸ਼ਾਨਾ ਸਾਧਦੇ ਜਿਹੜੇ ਵਿਧਾਇਕ ਹੈ ਘਨੌਰ ਦੇ, ਉਹਨਾਂ ਨੇ ਇਹੀ ਕਿਹਾ ਕਿ ਅਫਸਰਸ਼ਾਹੀ ਹੈਵੀ ਹੋ ਚੁੱਕੀ ਹੈ, ਕੋਈ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਤਾਂ ਤੁਸੀਂ ਸੋਚ ਸਕਦੇ ਹੋ ਆਮ ਜਨਤਾ ਦੀ ਸੁਣਵਾਈ ਕਿੱਥੇ ਹੁੰਦੀ ਹੋਊਗੀ ਜੇ ਵਿਧਾਇਕ ਦੀ ਸੁਣਵਾਈ ਨਹੀਂ ਹੋ ਰਹੀ। ਅਵਿਨਾਸ਼, ਪਰ ਸਿੱਧਾ ਸਵਾਲ ਇਹ ਉੱਠਦਾ ਕਿ 3 ਸਾਲ ਬਾਅਦ ਕਿਉਂ ਯਾਦ ਆ ਰਿਹਾ? ਹੁਣ 3 ਸਾਲ ਹੋ ਚੁੱਕੇ ਨੇ ਸਰਕਾਰ ਨੂੰ, ਸਿਰਫ ਕੁਝ ਹੀ ਸਮਾਂ ਬਾਕੀ ਰਹਿ ਗਿਆ। ਜਦੋਂ ਵੱਡਾ ਮਾਮਲਾ ਸਾਹਮਣੇ ਆਇਆ ਰਾਜਪੁਰਾ ਦੇ ਵਿੱਚ, ਇਸ ਤਰ੍ਹਾਂ ਦੀ ਹੱਥੋਂ ਪਾਈ ਗੁੰਡਾਗਰਦੀ ਸਾਹਮਣੇ ਆਈ, ਔਰ ਖਾਸ ਤੌਰ 'ਤੇ ਜਦੋਂ ਕੈਪਟਨ ਸਾਹਿਬ ਵਿਦੇਸ਼ ਦੌਰੇ 'ਤੇ ਗਏ ਹੋਏ, ਉਸ ਵੇਲੇ ਕਿਉਂ ਦਰਦ ਛਲਕਿਆ? ਇਹ ਵੱਡਾ ਸਵਾਲ ਵਾਕਈ ਹੈ ਜੀ। ਜੀ ਗੁਰਜੋਤ, ਸਾਫ਼ ਤੌਰ ਤੇ ਅਕਾਲੀ ਦਲ ਦਾ ਕਹਿਣਾ ਵੀ ਇਹੀ ਹੈ ਵੀ 3 ਸਾਲ ਤੱਕ ਕਿਉਂ ਚੁੱਪ ਸੀ? ਅਫਸਰ ਸਾਈ ਜੇ ਹੈਵੀ ਸੀ ਤਾਂ 3 ਸਾਲ ਕਿਉਂ ਨਹੀਂ ਇਹ ਕੁਝ ਕਰ ਸਕੇ? ਕਿਉਂਕਿ ਅਫਸਰ ਇਹਨਾਂ ਦੇ ਹੀ ਕਹਿਣ ਤੇ ਚੱਲਦੇ ਆ। ਜੇ ਆਮ ਜਨਤਾ ਦੀ ਕੋਈ ਗੱਲ ਆਉਂਦੀ ਹੈ ਤੇ ਇਹ ਅਫਸਰਾਂ ਦੇ ਉੱਪਰ ਸਿੱਟ ਦਿੰਦੇ ਆ ਵੀ ਅਫਸਰ ਸਾਈ ਹੈਵੀ ਹੋ ਗਿਆ, ਕਾਰਵਾਈ ਨਹੀਂ ਕਰ ਰਹੀ। ਜਦਕਿ ਜਿਹੜੀ ਇਹ ਘਟਨਾ ਹੋਈ ਸੀਗੀ ਉਹਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਪੱਗ ਲਾਈ ਗਈ, ਉਹਨਾਂ ਨੂੰ ਕੁੱਟਿਆ ਗਿਆ ਥਾਣੇ 'ਚ। ਲੇਕਿਨ ਹੁਣ ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਕਹਿ ਰਹੇ ਕਿ ਅਫਸਰ ਸਾਈ ਹੈਵੀ ਹੈ ਜੀ, ਕਾਰਵਾਈ ਨਹੀਂ ਕਰ ਰਹੀ ਹੈ। ਬਿਲਕੁਲ ਬਿਲਕੁਲ, ਵੱਡੇ ਸਵਾਲ ਖੜੇ। ਦੂਸਰੇ ਪਾਸੇ ਅਨਮੋਲ ਗੁਲਾਟੀ ਸਾਡੇ ਨਾਲ ਮੌਜੂਦ ਨੇ। ਅਨਮੋਲ, ਅਸੀਂ ਬਿਆਨ ਸੁਣਿਆ ਕਿਸ ਤਰੀਕੇ ਦੇ ਨਾਲ MLA ਸਾਹਿਬ ਕਹਿ ਰਹੇ ਨੇ
कि कैप्टन सरकार नहीं चला रहे, अफसरशाही सरकार चला रही है। तुसी भी हर रोज़ गलबात करते हो, इतने विधायक भी आते हैं, इतने कैबिनेट मिनिस्टर्स भी आते हैं, की कुछ लगता है? हालांकि कैप्टन सरकार के मंत्रियों के मुँहों तो अजिहा कुछ लगता ही नहीं है कि अफसरशाही इतने प्रभावी हुई हुई है। वो तो कह रहे हैं कि असं काम कर रहे हैं, असं सब कुछ करा रहे हैं, कानून व्यवस्था कटहरे के खड़ी है, पर इतने जो बयान दिता जा रहा है, तुसी इसको किस तरह देखते हो? जी बिल्कुल गुरजोत, जेकर गल की जाए मंत्रियों की, तो मंत्रियों वालों जरूर इस चीज़ को जस्टिफाई किया जाता है कि अफसरशाही बिल्कुल भी नहीं चल रही, पॉलिसीज जिहड़ी कि ने वो बनाई जा रही ने मंत्रियों द्वारा या सरकारों द्वारा। लेकिन काफ़ी लंबे समय तो असं वेखते आए हैं कि कैप्टन सरकार की खिलाफत शुरू तो ही होंगी है, ये भावें गल की जाए किसी भी विधानसभा इजलास की, भावें गल की जाए किसी भी स्पॉट की, उत्थे विधानसभा जेकर गल की जाए तो कोई ना कोई विधायक जरूर खड़ा हो जाता है अपनी सरकार के खिलाफ ही। तो कुछ दिन पहला जिमें कि तुहानू भी याद होएगा, साढ़े दर्शकों को असी दिखाया सीगा कि डिनर पर सद्या गया सीगा जिन्हें भी विधायक सीगे, तो इन्हां दी नाराजगियां दूर करन लई, क्योंकि नाराजगियां विधायकों काफ़ी ज़्यादा नज़र आ रही हैं कैप्टन सरकार के अंदर। पंजाब सरकार की जेकर गल की जाए, कांग्रेस सरकार की जो कि रूलिंग पार्टी है पंजाब की, उहदे विच काफ़ी इहो जिहे लोग ने, काफ़ी इहो जिहे विधायक ने जिन्हां दा यही कहना है कि कैप्टन सरकार इहो जिही है कि उन्हां दी ही नहीं सुनवाई की जाती। जे विधायकों की सुनवाई नहीं की जाती तो आम आदमी की सुनवाई किधरों की जाऊगी? अफसरशाही जिहड़ी की है, काफ़ी लंबे समय तो यह इल्ज़ाम जिहड़े कि ने वो सरकार दे उत्ते लगदे आ रहे हैं कि अफसरशाही है सरकार नूं चला रही है। ब्यूरोक्रेसी, ब्यूरोक्रेसी नूं काफ़ी वड्डा इत्थे पंजाब सरकार दे विच जगह दित्ती गई है, जिहदे करके ब्यूरोक्रैट्स हावी होए पए ने विधायकों के उत्ते कि ब्यूरोक्रैट्स की मर्जी के हिसाब के नाल सब कुछ चलता है, पॉलिसीज जिहड़ी कि ने वह सिर्फ ब्यूरोक्रैट्स की मर्जी नाल बनदियां ने। हालांकि जेकर गल की जाए ऑफिसर्स की, ब्यूरोक्रैट्स की, तो उन्हां दा काम ही होंदा पॉलिसीज़ नूं बनाना, ते नाल दे नाल जिहड़े भी मंत्री ने, जिहड़े भी सरकार दे नुमाइंदे ने, उन्हां दा काम है कि उन पॉलिसीज़ नूं रिव्यू करना। लेकिन जिहड़े कि इत्थे फैसले जिहड़े कि ने मुख्य फैसले जिवें कि पंजाब सरकार दे उत्ते इल्ज़ाम लाए जा रहे हैं कि मुख्य फैसले जिहड़े कि ने उह भी ब्यूरोक्रैट्स वल्लों लिते जा रहे हैं, तो कितना ना कितने जिहड़े कि विधायक ने इन्हां नूं साइडलाइन किया जा रहा है, तो नाल दे नाल इन्हां दी गल जिहड़ी कि उह नहीं सुनी जा रही। तो सब तो वड्डा सवाल ही इत्थे खड़ा हो रहा है कि जे विधायक गलबात उगर के यही आ रही है अनमोल, जिस तरीके दे नाल तुसीं वी दस रहे हो कि विधायकां दी नाराजगी, पर हुण तां कह सकदे आ कि पूरी तरह भांडा फुट चुकिया है, या जिहड़ा घड़ा सीगा उह हौली हौली बूंद बूंद दे नाल भरदा रहा, हुण फुटदा नजर आ रहा है, इस नूं कहिण दे विच कोई दो राय नहीं होएगी। अविनाश, असीं किस तरह वेख सकदे आ जिस तरह अनमोल कह रहे सन कि विधायकां दी नाराजगी उजागर हो रही है, अगर एक एक बयान की गल की जाए, सब तो पहला जलालपुर और दे बयान की गल करते हैं, सब तो पहला तो कह रहे हैं कि कैप्टन सरकार नहीं चला रहे, बहुत वड्डा बयान। उस तो बाद कह रहे हैं कि साड़ी पुलिस सुनवाई नहीं कर रही, MLA एक बयान दिंदा कि साड़ी पुलिस सुनवाई नहीं कर रही, असी की कर सकते? सो होर बहुत सारे बयान है, एक एक बयान से अगर असी नज़र मारीे तो की कुछ कहोगे अविनाश? बहुत वड्डी गल है जो इस तरह का MLA कोई बयान दे रहा विधायक। जी गुरजोत, साफ तौर से एक विधायक की नाराजगी भी जाहिर हो रही है कि सरकार पति वह किन्ना क नाराज है जिहड़े उहदे काम नहीं हो रहे। गल तां अज आई है ना सामने, तीन साल तो की क्यों चुप बैठे सी भी अफसरशाही हैवी होई पई है, तद अफसर हैवी नहीं सी इन्हां दे, अज इन्होंने साफ तौर पर एक गल कह दी है कि पटियाला के SSP काम नहीं कर रहे, ना उन्होंने थाने च कोई सुनवाई हो रही है। तो कितने ना कितने जिहड़ी आम जनता कहती सी कि थाने जाने रिपोर्ट लिखाण जी, ठीक है अविनाश, आने तुहाडे कोल कितने ना कितने संपर्क साधन में समस्या, पर वीडियो असी दर्शकों नूं विखा रहे हैं। इस वीडियो ते बयान लिया गया सी, इस वीडियो ते बयान लिया गया सी मदन लाल जलालपुर होरां दा, जिन्हां ने कहा कि साढ़े हक दे विच पुलिस नहीं खड़ी, असी साड़ी सुनवाई नहीं हो रही है। इस दे लई साढ़े नाल अमन अरोड़ा, आम आदमी पार्टी के आगू जुड़े हुए ने, उन्हां दे नाल गलबात करांगे, उन्हां दा की कुछ कहना है। अरोड़ा साहब बहुत बहुत स्वागत है तुहाडा लिविंग इंडिया ते, बयान की गल की जाए तो वड्डा बयान MLA का सामने आया जलालपुर होरां दा, उन्हां दा कहना है कि कैप्टन सरकार नहीं चला रही, अफसरशाही सरकार चला रही है। सब तो पहला इस एंगल तो तुसी की कुछ कहना चाहते हो, अगर इस पक्ष तो देखिए कि अफसर हावी हो चुके ने इस वेले? मैडम देखो, इस तरह है कि जिहड़ी जलालपुर साहब का बयान है, इहदे नाल जिहड़ी कांग्रेस पार्टी दे आ गुड गवर्नेंस का इशू सीगा, वह बिल्ली अपने आप थैले दे विचों बाहर आ चुकी है जी। हुण अफसरशाही भारी होनी होनी है, जदों जिहड़े मुख्यमंत्री ने जिन्हां नूं पंजाब दे लोकां ने विश्वास करके सरकार चलाउण दा जिम्मा सौंपिया है, वह जो विदेशां दे विच शिकार खेडदे फिरनगे ते इत्थे कोई कोई संभालण वाला नहीं होऊगा, ते उहदे हालातां दे विच इही कुछ होना है, होर होना की है।
ਸੋ ਜੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਆਪਦੇ ਜੱਦੀ ਜ਼ਿਲ੍ਹੇ ਦੇ ਵਿੱਚ ਇਹ ਹਾਲ ਹੈ ਕਿ ਕਾਂਗਰਸ ਦੇ MLA ਕਹਿੰਦੇ ਨੇ ਸਾਡੀ ਸੁਣਵਾਈ ਨਹੀਂ ਹੈਗੀ ਤੇ ਆਮ ਲੋਕਾਂ ਦੀ ਕੌਣ ਸੁਣਦਾ ਹੋਊਗਾ, ਇਹ ਤੁਸੀਂ ਭਲੀ ਭਾਂਤੀ ਆਪਾਂ ਅੰਦਾਜ਼ਾ ਲਗਾ ਹੀ ਸਕਦੇ ਹਾਂ। ਪਰ ਡੈਫੀਨੇਟਲੀ ਯੈਸ, ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਕਿ ਗੁੱਡ ਗਵਰਨੈਂਸ ਉਹ ਹੁੰਦੀ ਹੈ ਕਿ ਜਿਹਦੇ ਵਿੱਚ ਸਹੀ ਕੰਮ ਵਾਸਤੇ ਕਿਸੇ ਨੂੰ ਕਹਿਣ ਕਹਾਉਣ ਦੀ, ਸਿਫਾਰਿਸ਼ ਕਰਾਉਣ ਦੀ ਜਾਂ ਚਾਰ ਪੈਸੇ ਦੇਣ ਦੀ ਜ਼ਰੂਰਤ ਹੀ ਨਾ ਪੈਂਦੀ ਹੋਵੇ। ਜਿਹੜਾ ਸਹੀ ਕੰਮ ਹੈ ਉਹ ਆਮ ਲੋਕਾਂ ਦਾ, ਜਨਤਾ ਦਾ ਘਰ ਬੈਠੇ ਬਿਠਾਏ ਹੋਣਾ ਚਾਹੀਦਾ, ਬਿਨਾਂ ਕਿਸੇ ਸਿਫਾਰਿਸ਼ ਤੋਂ, ਬਿਨਾਂ ਕਿਸੇ ਪੈਸੇ ਤੋਂ। ਜਿਹੜਾ ਗਲਤ ਕੰਮ ਹੈ ਉਹ ਕਿਸੇ ਦੇ ਕਿਹਾ ਹੋਣਾ ਨੀ ਚਾਹੀਦਾ ਹੈਗਾ, ਉਹ ਤਾਂ ਹੁੰਦੀ ਹੈ ਗੁੱਡ ਗਵਰਨੈਂਸ। ਜੇ ਜੇ ਹੁਣ ਸਹੀ ਕੰਮ ਵੀ ਅਫਸਰਸ਼ਾਹੀ ਲੋਕਾਂ ਦੇ ਨਹੀਂ ਕਰ ਰਹੀ ਹੈਗੀ MLA ਦੇ ਕਿਹਾ, ਤੇ ਫਿਰ ਮੈਂ ਸਮਝਦਾ ਕਿ ਵਾਲੀ ਵਾਰਸ ਪੰਜਾਬ ਦਾ ਕੋਈ ਨੀ ਹੈਗਾ। ਤੇ ਜੇ ਕੋਈ ਕਾਂਗਰਸ ਦਾ MLA ਐਕਸਪੈਕਟ ਕਰਦਾ, ਉਮੀਦ ਕਰਦਾ ਕਿ ਅਸੀਂ ਗਲਤ ਕੰਮ ਨੇ ਜਿਹੜੇ ਉਹ ਅਫਸਰਾਂ ਤੋਂ ਕਰਾਈਏ, ਤੇ ਉਹ ਵੀ ਨਹੀਂ ਹੋਣਾ ਚਾਹੀਦਾ ਹੈਗਾ। ਉਹਦੇ ਲਈ ਜ਼ਿੰਮੇਵਾਰ ਅਲਟੀਮੇਟਲੀ ਬਾਏ ਦਾ ਐਂਡ ਆਫ ਦਾ ਡੇ ਮੈਡਮ ਦੋਨਾਂ, ਚਾਹੇ ਆਪਦੇ MLA ਦੀ ਤਸੱਲੀ ਕਰਾਉਣੀ ਹੈ ਤੇ ਚਾਹੇ ਅਫਸਰਸ਼ਾਹੀ ਨੂੰ ਕੰਟਰੋਲ ਕਰਨਾ ਹੈ, ਉਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੇ ਉੱਪਰ ਬਣਦੀ ਹੈ। ਹੁਣ ਜੇ MLA ਸੈਟਿਸਫਾਈਡ ਨਹੀਂ ਹੈਗੇ ਤੇ ਪੰਜਾਬ ਦੀ ਜਨਤਾ ਦਾ ਕੀ ਹਾਲ ਹੋਏਗਾ? ਨਹੀਂ, ਜਿਸ ਤਰੀਕੇ ਦੇ ਨਾਲ ਅਰੋੜਾ ਸਾਹਿਬ ਜਿਸ ਤਰੀਕੇ ਦੇ ਨਾਲ ਉਹ ਭਾਵੁਕ ਹੋਏ ਨੇ, ਅਗਰ ਆਪਾਂ ਇੱਕ ਵਿਧਾਇਕ ਹੋਣ ਦੇ ਨਾਤੇ, ਕਿਉਂਕਿ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹਨਾਂ ਤੋਂ ਸਵਾਲ ਪੁੱਛ ਰਿਹਾ ਮੀਡੀਆ, ਉਸ ਵੇਲੇ ਉਹ ਭਾਵੁਕ ਹੋ ਗਏ ਨੇ ਕਿ ਹੁਣ ਮੇਰੇ ਹੱਥ 'ਚ ਕੁਛ ਨਹੀਂ ਆ। ਉਹਨਾਂ ਨੇ ਇੱਕ ਤਰ੍ਹਾਂ ਨਾਲ ਸਰੈਂਡਰ ਕਰ ਦਿੱਤਾ ਕਿ ਅਸੀਂ ਗੱਲ ਕਰਾਂਗੇ ਜਦੋਂ ਕੈਪਟਨ ਸਾਹਿਬ ਆਣਗੇ। ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ? ਅਗਰ ਉਹਨਾਂ ਦੇ ਪੱਖ ਤੋਂ ਅਗਰ ਸੋਚੀਏ ਤਾਂ ਆਪਾਂ, ਜੋ ਬਿਆਨ ਉਹਨਾਂ ਨੇ ਦਿੱਤਾ, ਬਹੁਤ ਵੱਡੇ ਵੱਡੇ ਬਿਆਨ ਦਿੱਤੇ ਨੇ ਉਹਨਾਂ ਨੇ। ਮੈਡਮ, ਇਸ ਤਰ੍ਹਾਂ ਕਿ ਕਈ ਵਾਰੀ ਨਾ ਪਿਛਲੇ ਤਕਰੀਬਨ 2.5-3 ਸਾਲਾਂ ਤੋਂ ਤੁਸੀਂ ਮੈਨੂੰ ਟਾਈਮ ਟੂ ਟਾਈਮ ਰਿਪੋਰਟ ਕਰਦੇ ਰਹੇ ਹੋ ਤੇ ਪਬਲਿਕ ਡੋਮੇਨ ਦੇ ਵਿੱਚ ਆਉਂਦਾ ਰਿਹਾ ਹੈ ਕਿ ਇਹਨਾਂ ਦੇ MLAs ਨੇ ਕੋਈ ਨਸ਼ਿਆਂ ਦੀ ਗੱਲ ਕਰਦਾ ਰਿਹਾ, ਕੋਈ ਨਾ ਸੁਣਵਾਈ ਹੋਣ ਦੀ ਗੱਲ ਕਰਦਾ ਰਿਹਾ, ਕੋਈ ਰਿਸ਼ਵਤ ਦੀ ਗੱਲ ਕਰਦਾ ਰਿਹਾ। ਅਲਟੀਮੇਟਲੀ ਗੱਲਾਂ ਨੇ ਜਿਹੜੀਆਂ ਉਹ ਭਾਵੁਕ ਹੋ ਗਏ, ਸੱਚ ਹੈ ਜਿਹੜਾ ਉਹ ਸਾਹਮਣੇ ਆ ਜਾਂਦਾ। ਪਰ ਉਹ ਹੁੰਦਾ ਕੀ ਹੈ ਕਿ ਮੁੜ ਕੇ CM ਸਾਹਿਬ ਤਾਂ ਖੈਰ ਸ਼ਾਇਦ ਬੁਲਾਉਂਦੀ ਨਾ ਹੋਣ, ਤੇ ਕੋਈ ਹੋਰ ਖੱਬੇ ਸੱਚੇ ਕੋਈ ਬੁਲਾਉਂਦਾ, ਇੱਕ ਵਾਰੀ ਠੰਡੇ ਛੱਟੇ ਮਾਰਦੇ ਨੇ ਤੇ ਜਿਹੜੇ 2-4 ਕੰਮ ਹੁੰਦੇ ਨੇ ਉਹ ਨਿਕਲ ਜਾਂਦੇ ਨੇ ਤੇ ਮੁੜ ਕੇ ਪਤਨਾਲਾ ਉੱਥੇ ਦਾ ਉੱਥੇ। ਮੇਰੇ ਕਹਿਣ ਦਾ ਮਤਲਬ ਇਹ ਹੈ ਮੈਡਮ, ਇਹ ਹਾਲਾਤ ਇਸ ਕਰਕੇ ਬਣਦੇ ਹੁੰਦੇ ਨੇ ਜਦੋਂ ਇੰਸਟੀਟਿਊਸ਼ਨ ਨੂੰ, ਜਿਹੜੀਆਂ ਸੰਸਥਾਵਾਂ ਨੇ, ਚਾਹੇ ਪੁਲਿਸ ਦੀ ਆਪਾਂ ਗੱਲ ਕਰ ਲਈਏ, ਚਾਹੇ ਆਪਾਂ ਹੈਲਥ ਸਿਸਟਮ ਦੀ ਗੱਲ ਕਰ ਲਈਏ, ਚਾਹੇ ਆਪਾਂ ਸਿਵਲ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਲਈਏ, ਜਦੋਂ ਸੰਸਥਾਵਾਂ ਨੂੰ ਲੀਡਰ ਔਰ ਸਰਕਾਰਾਂ ਖਤਮ ਕਰ ਦਿੰਦੀਆਂ ਤੇ ਇੰਡੀਵਿਜੁਅਲ ਪੋਲੀਟੀਸ਼ੀਅਨ ਨੇ ਜਿਹੜੇ ਉਹ ਕੰਮ ਸ਼ੁਰੂ ਕਰ ਦਿੰਦੇ ਨੇ। ਜੇ ਕੋਈ ਵਿਅਕਤੀ ਸੋਚੇ ਕਿ ਮੈਂ ਆਪਦੀਆਂ ਵਿਮਸ ਐਂਡ ਫੈਂਸੀ, ਆਪਦੀਆਂ ਇੱਛਾਵਾਂ ਮੁਤਾਬਕ ਸਰਕਾਰ ਨੂੰ ਚਲਾਵਾਂ, ਉਹਦੀ ਬਜਾਏ ਜੇ ਸੰਸਥਾਵਾਂ ਕੰਮ ਕਰਨ, ਸਰਕਾਰ ਕੰਮ ਕਰੇ ਬਿਨਾਂ ਕਿਸੇ ਤੇਰ ਮੇਰ ਦੇ, ਤਾਂ ਇਹ ਪ੍ਰੋਬਲਮਾਂ ਨਹੀਂ ਆਉਂਦੀਆਂ ਹੈਗੀਆਂ। ਪਰ ਅਨਫੋਰਚੁਨੇਟਲੀ ਇੰਸਟੀਟਿਊਸ਼ਨ ਨੂੰ, ਸਰਕਾਰਾਂ ਨੂੰ, ਪੋਲੀਟੀਸ਼ੀਅਨ ਨੂੰ ਸਮੇਂ ਸਮੇਂ ਦੀ ਸਰਕਾਰਾਂ ਨੇ ਖਤਮ ਕਰ ਦਿੱਤਾ। ਠੀਕ ਹੈ, ਠੀਕ ਹੈ ਅਰੋੜਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੁੜਨ ਦੇ ਲਈ ਸਾਡੇ ਨਾਲ, ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਗੱਲਬਾਤ ਕਰਨ ਦੇ ਲਈ ਧੰਨਵਾਦ ਹੈ ਤੁਹਾਡਾ। ਦੋ ਪੱਖ ਤੇ ਗੱਲਬਾਤ ਕੀਤੀ ਗਈ। ਇਸੇ ਵਿੱਚ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ, ਇਸੇ ਵਿੱਚ ਇੱਕ ਹੋਰ ਵੱਡੀ ਖਬਰ ਹੈ, MLA ਜਲਾਲਪੁਰ ਦਾ ਵੱਡਾ ਬਿਆਨ ਤੁਹਾਨੂੰ ਸੁਣਵਾਇਆ ਜਾਏਗਾ। ਜਿਸ ਤਰੀਕੇ ਦੇ ਨਾਲ ਇੱਥੇ ਦਰਦ ਨਿਕਲਦਾ ਨਜ਼ਰ ਆ ਰਿਹਾ, ਸਾਡੀ ਕਿਤੇ ਨਹੀਂ ਹੋ ਰਹੀ ਸੁਣਵਾਈ, ਸਾਡੀ ਮਤਲਬ ਬਹੁਤ ਇੱਥੇ ਕੁਛ ਬਿਆਨ ਹੋ ਰਿਹਾ ਹੈ, ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ। CM ਸਿਟੀ ਦੇ ਵਿੱਚ ਕੋਈ ਵੀ ਅਫਸਰ ਚੱਜਦਾ ਨਹੀਂ ਹੈ, ਸਾਡੀ ਸਰਕਾਰ ਹੈ ਅਤੇ ਸੁਣਵਾਈ ਨਹੀਂ ਹੋ ਰਹੀ, ਸਾਡੀ ਸਰਕਾਰ ਹੋਣ ਦੇ ਬਾਵਜੂਦ ਸਾਡੀ ਸੁਣਵਾਈ ਨਹੀਂ ਹੈ, ਅਸੀਂ ਇਨਸਾਫ ਦੇ ਲਈ ਕਿਸ ਦੇ ਕੋਲ ਜਾਈਏ? ਵੱਡਾ ਬਿਆਨ ਕੈਪਟਨ ਸਾਹਿਬ ਦੇ ਲਈ ਇਹ ਸ਼ਾਇਦ ਬਹੁਤ ਵੱਡਾ ਬਿਆਨ ਹੋਏਗਾ। ਜਿਸ ਤਰੀਕੇ ਦੇ ਨਾਲ ਇਹ ਬਿਆਨ ਸਾਹਮਣੇ ਆ ਰਿਹਾ ਜਲਾਲਪੁਰ ਹੋਰਾਂ ਦਾ, ਉਹਨਾਂ ਦੇ ਵਿਧਾਇਕ ਖੁਦ ਇਹ ਬਿਆਨ ਦੇ ਰਹੇ ਨੇ ਕਿ CM ਸਿਟੀ ਦੇ ਵਿੱਚ ਕੋਈ ਚੱਜਦਾ ਇੱਥੇ ਨਹੀਂ ਹੈ ਜਿਸਦੀ ਸੁਣਵਾਈ ਜਿਹੜੀ ਸਾਡਾ ਕਰ ਸਕੇ, ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੈ, ਸਾਡੀ ਸਰਕਾਰ ਹੋਣ ਦੇ ਨਾ ਤੇ ਇੱਥੇ ਕੋਈ ਸੁਣਵਾਈ ਨਹੀਂ ਹੈ, CM ਸਿਟੀ ਦੇ ਵਿੱਚ ਕੋਈ ਅਫਸਰ ਚੱਜਦਾ ਨਹੀਂ ਹੈ। ਸੁਣਦੇ ਹਾਂ ਇੱਕ ਵਾਰੀ ਬਿਆਨ। ਕਦੇ ਐਮਰਜੈਂਸੀ ਕਿਰਪਾਨਾਂ ਚੱਲਦੀਆਂ ਦੇਖਿਆ ਤੁਸੀਂ ਯਾਰ? ਤੁਹਾਡੀ ਇੰਨੀ ਇੰਨੀ ਉਮਰ ਹੋ ਗਈ ਮੇਰੇ ਵੀਰੋ, ਤੁਸੀਂ ਰੋਜ਼ ਲੋਕਾਂ ਨਾਲ ਬਾਹ, ਤੁਹਾਡਾ ਹਰ ਪਾਰਟੀ ਨਾਲ ਤੁਹਾਡਾ ਵਾ, ਕਦੇ ਦੇਖੇ ਤੀ ਵੀ ਇਹ ਸਰਕਾਰ ਵੀ ਸਰਕਾਰ ਦੇ ਬੰਦੇ ਥਾਣੇ 'ਚ ਕੁੱਟੇ ਜਾ ਰਹੇ ਆ, ਸਰਕਾਰ ਦੇ ਬੰਦੇ ਐਮਰਜੈਂਸੀ ਕਿਰਪਾਨਾਂ ਨਾਲ ਵੱਢੇ ਜਾ ਰਹੇ ਆ, ਔਰ ਕੋਈ ਬੰਦਾ ਨਾ ਫੜਿਆ ਜਾਵੇ? ਮੈਂ ਤਾਂ ਕਮੇਟੀ 'ਚ ਮੁੱਦਾ ਉਠਾਇਆ, SSC ਨੂੰ ਕਿਹਾ, ਮੈਂ ਹੀ ਫੋਟੋ ਇਹਨਾਂ ਨੂੰ, ਅਸੀਂ ਕਿਹਾ ਸੀ ਇਹ ਕਹਿੰਦੇ ਸਾਨੂੰ ਫੜ ਲਾਂਗੇ, ਪਰ ਅੱਜ ਤੱਕ 1 ਹਫ਼ਤਾ ਹੋ ਗਿਆ। ਮੈਂ ਤਾਂ ਜ਼ਰੂਰ ਕਹੂੰਗਾ ਤੁਹਾਨੂੰ, ਇੱਕ ਤਾਂ ਪਹਿਲਾਂ ਇਹਨਾਂ ਦੇ ਘਰੇ ਜਾ ਕੇ ਦੇਖਿਆ ਵੀ ਕਿਹੜੇ ਤਾਲਾ ਲੱਗਿਆ ਵਾ ਇਹਨਾਂ ਦੇ, ਜੇ ਮਾੜਾ ਮੋਟਿਆਂ ਨੂੰ ਟੈਟ ਕਰਦੇ, ਪੁਲਿਸ ਟੈਟ ਕਰਦੇ ਉਹਨਾਂ ਨੂੰ, ਮੇਰੀ ਗੱਲ ਸੁਣੋ, ਪਹਿਲਾਂ ਵੀ ਤਾਂ ਜਦੋਂ ਕੋਈ ਬੰਦਾ ਕਤਲ ਹੁੰਦਾ ਸੀ, ਕੋਈ ਵੱਢਦਾ ਸੀ, ਪੁਲਿਸ ਟੈਟ ਕਰਕੇ ਨਾ ਫੜਦੇ ਸੀ, ਅੱਜ ਤਾਂ ਮੌਜਾਂ ਮਾਰੀਆਂ ਘਰੇ ਸਾਰੇ, ਮੇਰੀ ਗੱਲ ਸੁਣੋ ਕਿ ਨਹੀਂ? ਅੱਗੇ ਕੀ ਹੁੰਦਾ ਸੀ, ਪੁਲਿਸ ਸਖਤੀ ਕਰਦੀ ਸੀ, ਹੁਣ ਕੋਈ ਸਖਤੀ ਨਹੀਂ ਕਰਦਾ,
ਹੁਣ ਇਹਨਾਂ ਦਾ ਇੰਨਾ ਕੁ ਪ੍ਰੈਸ਼ਰ ਆ, ਅੱਜ ਉਹਨਾਂ ਦੇ ਪੂਰੇ ਪਰਿਵਾਰ ਘਰੇ ਬੈਠੇ ਆ, ਉਹਨਾਂ ਦਾ ਪੂਰਾ ਕੰਮ ਚੱਲ ਰਿਹਾ, ਉਹਨੂੰ ਕੀ ਲੋੜ ਹੈ ਬੇਸ ਹੋਣ ਦੀ, ਇਹ ਆਰਡਰ ਹੁੰਦੇ ਆ। ਤੇ ਵੱਡਾ ਬਿਆਨ ਦੇ ਰਹੇ ਨੇ ਮਦਨ ਲਾਲ ਜਲਾਲਪੁਰ ਵਿਧਾਇਕ ਘਨੌਰ, ਜਿਹਨਾਂ ਦੇ ਵੱਲੋਂ ਸਾਫ਼ ਤੌਰ 'ਤੇ ਕਿਹਾ ਜਾ ਰਿਹਾ ਕਿ ਸੀਐਮ ਸਿਟੀ ਦੇ ਵਿੱਚ ਕੋਈ ਵੀ ਚੱਜ ਦਾ ਅਫਸਰ ਨਹੀਂ ਹੈ। ਬਹੁਤ ਕੁਛ ਬਿਆਨ ਕਰ ਰਹੇ ਨੇ ਅਗਰ ਇਹਨਾਂ ਲਫ਼ਜ਼ਾਂ ਦੀ ਗੱਲ ਕੀਤੀ ਜਾਵੇ ਖਾਸ ਤੌਰ 'ਤੇ, ਕਿਉਂਕਿ ਉਹ ਕਹਿ ਰਹੇ ਨੇ ਕਿ ਕੈਪਟਨ ਸਰਕਾਰ ਨਹੀਂ ਚਲਾ ਰਹੇ, ਸਰਕਾਰ ਜਿਹੜੀ ਹੈ ਅਫਸਰਸ਼ਾਹੀ ਚਲਾ ਰਹੀ ਹੈ। ਖਾਸ ਤੌਰ 'ਤੇ ਜੇਕਰ ਪਟਿਆਲਾ ਹਲਕੇ ਦੀ ਗੱਲ ਕੀਤੀ ਜਾਵੇ, ਬਹੁਤ ਸਾਰੇ ਮਾਮਲੇ ਪਿੱਛੇ ਅਗਰ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਮਾਮਲੇ ਅਜੇ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ ਵਿੱਚ ਹੈ। ਹਾਲਾਂਕਿ ਪੁਲਿਸ ਦੀ ਗੱਲ ਕੀਤੀ ਜਾਵੇ, ਕਿਉਂ ਸੁਣਵਾਈ ਨਹੀਂ ਹੋ ਰਹੀ, ਇਹ ਵੱਡਾ ਸਵਾਲ ਹੈ। MLA ਸਾਹਿਬ ਦੀ ਕਿਉਂ ਨਹੀਂ ਸੁਣ ਰਿਹਾ ਕੋਈ, ਉਹਨਾਂ ਨੂੰ ਵੋਟਾਂ ਦੇ ਕੇ ਲੋਕਾਂ ਨੇ ਆਪਣਾ ਨੇਤਾ ਚੁਣਿਆ ਹੋਇਆ, ਜੇਕਰ ਉਹਨਾਂ ਦੀ ਸੁਣਵਾਈ ਨਹੀਂ ਹੈ ਤਾਂ ਆਮ ਲੋਕ ਜਿਹੜੇ ਨੇ ਉਹ ਕਿੱਥੇ ਜਾਣਗੇ? ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ। ਪੱਤਰਕਾਰ ਸਾਡੇ ਨਾਲ ਲਗਾਤਾਰ ਮੌਜੂਦ ਨੇ, ਅਵਿਨਾਸ਼ ਕੰਬੋਜ ਪਟਿਆਲਾ ਤੋਂ ਅਤੇ ਅਨਮੋਲ ਗੁਲਾਟੀ ਸਾਡੇ ਨਾਲ ਚੰਡੀਗੜ੍ਹ ਤੋਂ ਮੌਜੂਦ ਨੇ। ਅਨਮੋਲ, ਜਾਣਨਾ ਚਾਹਾਂਗੇ ਤੁਹਾਡੇ ਕੋਲ, ਸਭ ਤੋਂ ਪਹਿਲਾਂ ਮੈਂ ਆਉਣਾ ਚਾਹਾਂਗੀ, ਇੱਕ ਹੋਰ ਬਿਆਨ ਅਸੀਂ ਦਰਸ਼ਕਾਂ ਨੂੰ ਸੁਣਾਇਆ, ਉਹ ਕਹਿ ਰਹੇ ਨੇ ਕਿ ਕੋਈ ਵੀ ਅਫਸਰ ਚੱਜਦਾ ਨਹੀਂ ਹੈ ਸੀਐਮ ਸਿਟੀ 'ਚ। ਅਗਰ ਝਾਤ ਮਾਰੀ ਪਿੱਛੇ ਬਹੁਤ ਸਾਰੇ ਮਸਲੇ ਸਾਹਮਣੇ ਆਏ ਸਨ, ਉਸ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਜੇਕਰ ਇਹ ਬਿਆਨ ਹੁਣ ਇੱਥੇ ਤਿੰਨ ਸਾਲਾਂ ਦੇ ਬਾਅਦ ਸਾਹਮਣੇ ਆ ਰਿਹਾ? ਤੇ ਠੀਕ ਹੈ ਅਨਮੋਲ, ਤੁਹਾਡੇ ਕੋਲ ਆਉਣੇ ਆਸੀ, ਫਿਲਹਾਲ ਸਾਡੇ ਨਾਲ GS ਬਾਲੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਲੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ 'ਤੇ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕੀ ਕੁਛ ਕਹਿਣਾ ਚਾਹੁੰਦੇ ਤੁਸੀਂ? ਥੈਂਕ ਯੂ ਵੈਰੀ ਮੱਚ ਜੀ, ਮੈਂ ਤਾਂ ਸਿਰਫ ਇੱਕ ਗੱਲ ਹੀ ਕਹਿਣਾ ਚਾਹਾਂਗਾ ਕਿ ਜਿਹੜੇ MLA ਸਾਹਿਬਾਨ ਨੇ ਗੱਲ ਕਹੀ ਹੈ ਜਾਂ ਹੋਰ ਵੀ ਅਸੀਂ ਸੁਣ ਰਹੇ ਹਾਂ, ਬਹੁਤ ਡਿਬੇਟ ਚੱਲਦੀਆਂ ਇਹਦੇ ਉੱਤੇ ਕਿ ਸੁਣਵਾਈ ਨਹੀਂ ਹੁੰਦੀ। ਸ਼ਾਇਦ MLA ਸਾਹਿਬਾਨ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਅਫਸਰ ਸ਼ਾਹੀ ਹੈਵੀ ਨੇ, ਮੁੱਖ ਮੰਤਰੀ ਸਾਹਿਬ ਬੜੇ ਹੈਵੀ ਨੇ, ਉਹਨਾਂ ਦਾ ਸਟਾਫ ਬੜਾ ਹੈਵੀ ਹੈ, ਉਹਨਾਂ ਦੇ ਆਦੇਸ਼ ਹੁੰਦੇ ਨੇ ਅੱਗੇ ਜਿਹੜੇ ਨੇ ਉਹਨਾਂ ਦੇ IAS ਜਿਹੜੇ ਆਫਿਸਰ ਸਾਹਿਬਾਨ ਨੇ ਜਾਂ IPS ਆਫਿਸਰ ਸਾਹਿਬਾਨ ਨੇ ਜਾਂ ਥੱਲੇ ਤਹਿਸੀਲਦਾਰ ਨੇ ਜਾਂ SDM ਨੇ ਜਾਂ SHO ਨੇ ਜਾਂ DSP ਨੇ, ਇਹ ਸਾਰਾ ਮੁੱਖ ਮੰਤਰੀ ਨਿਵਾਸ ਤੋਂ ਚੱਲਦਾ ਜੋ ਕੰਮ ਚੱਲਦਾ ਜਾਂ ਮੁੱਖ ਮੰਤਰੀ ਸੈਕਟਰੀਏਟ ਤੋਂ ਚੱਲਦਾ, ਉਹਨਾਂ ਨੂੰ ਆਦੇਸ਼ ਜਿਹੜੇ ਉਹਨਾਂ ਨੂੰ ਆਦੇਸ਼ ਹੁੰਦੇ ਨੇ ਉਸ ਆਦੇਸ਼ ਅਨੁਸਾਰ ਉਹ ਕੰਮ ਕਰਦੇ ਨੇ। ਜੇ ਤੁਸੀਂ ਕਹੋ ਕਿ ਅਫਸਰ ਸਾਹੀ ਹੈ ਵੀ ਹੈ, ਮੈਂ ਨਹੀਂ ਇਸ ਗੱਲ ਨੂੰ ਸਮਝਦਾ, ਮੇਰੀ ਇੱਕ ਡਿਫਰੈਂਟ ਜਿਹੜੀ ਹੈ ਕਿ ਪਾਏ ਹੈਗੀ। ਬਹੁਤ ਬਹੁਤ ਸ਼ੁਕਰੀਆ ਬਾਲੀ ਸਾਹਿਬ ਤੁਹਾਡਾ ਜੁੜਨ ਲਈ ਸਾਡੇ ਨਾਲ। ਸੋ ਸਿੱਧਾ ਅਨਮੋਲ ਕੋਲ ਚੱਲਾਂਗੇ। ਅਨਮੋਲ, ਬਾਲੀ ਸਾਹਿਬ ਦਾ ਵੀ ਬਿਆਨ ਸੁਣਿਆ, ਸੋ ਕਿਤੇ ਨਾ ਕਿਤੇ ਹਰ ਇੱਕ ਪੱਖ ਨੇ ਵੈਸੇ ਇਸ ਮਸਲੇ ਨੂੰ ਲੈ ਕੇ ਵੇਖੀਏ, ਕੀ ਕੁਝ ਸਮਝਦੇ ਹੋ ਇੱਥੇ ਫਿਲਹਾਲ ਜਿਹੜੀ ਸਥਿਤੀ ਬਣੀ ਹੋਈ ਹੈ? ਬਹੁਤ ਵੱਡਾ ਬਿਆਨ ਦਿੱਤਾ ਗਿਆ ਖੁਦ ਕੈਪਟਨ ਸਰਕਾਰ ਦੇ ਖਿਲਾਫ ਉਹਨਾਂ ਦੇ MLA ਦੇ ਵੱਲੋਂ। ਜੀ ਬਿਲਕੁਲ ਗੁਰਜੋਤ, ਜਿਵੇਂ ਕਿ ਅਮਨ ਅਰੋੜਾ ਸਾਹਿਬ ਹੁਣੇ ਕੁਛ ਦੇਰ ਪਹਿਲਾਂ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ, ਉਹਨਾਂ ਨੇ ਵੀ ਕਿਹਾ ਕਿ ਜੇਕਰ ਗੱਲ ਕੀਤੀ ਜਾਵੇ ਵਿਧਾਇਕਾਂ ਦੀ ਜਾਂ ਫਿਰ ਅਫਸਰਸ਼ਾਹੀ ਦੀ, ਜੇ ਬਿਊਰੋਕਰੈਟਸ ਦੀ ਜਾਂ ਫਿਰ ਵਿਧਾਇਕਾਂ ਦੀ, ਤਾਂ ਇਹ ਸਭ ਮੈਨੇਜ ਕਰਨਾ ਪੰਜਾਬ ਦੇ ਮੁੱਖ ਮੰਤਰੀ, ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਦੇ ਹੱਥ ਵਿੱਚ ਹੁੰਦਾ, ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਵਾਂ ਚੀਜ਼ਾਂ ਨੂੰ ਮੈਨੇਜ ਕਰਨਾ ਚਾਹੀਦਾ। ਅਫਸਰਸ਼ਾਹੀ ਜਿਹੜੀ ਕੀ ਹੈ ਉਹ ਹਾਵੀ ਨਹੀਂ ਹੋਣੀ ਚਾਹੀਦੀ ਵਿਧਾਇਕਾਂ 'ਤੇ, ਲੇਕਿਨ ਵਿਧਾਇਕ ਜਿਹੜੇ ਕਿ ਨੇ ਉਹ ਵੀ ਹਾਵੀ ਨਹੀਂ ਹੋਣੇ ਚਾਹੀਦੇ ਅਫਸਰਸ਼ਾਹੀ 'ਤੇ, ਲੇਕਿਨ ਇੱਥੇ ਨਜ਼ਰ ਆ ਰਿਹਾ ਕਿ ਜਿਹੜੀ ਕਿ ਅਫਸਰਸ਼ਾਹੀ ਹੈ, ਜਿਹੜੀ ਕਿ ਬਿਊਰੋਕਰੇਸੀ ਹੈ, ਬਿਊਰੋਕਰੇਸੀ ਹਾਵੀ ਹੁੰਦੀ ਨਜ਼ਰ ਆ ਰਹੀ ਹੈ ਵਿਧਾਇਕਾਂ 'ਤੇ, ਤਾਂ ਵਿਧਾਇਕਾਂ ਦੀ ਲਗਾਤਾਰ ਨਾਰਾਜ਼ਗੀ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਜਿਹੜੇ ਕਿ ਨੇ ਆਪਣੀ ਗੱਲ ਪਹੁੰਚਾ ਨਹੀਂ ਪਾਉਂਦੇ, ਜਾਂ ਵਿਧਾਇਕਾਂ ਦੀ ਕੋਈ ਰਾਏ ਨਹੀਂ ਲਿੱਤੀ ਜਾਂਦੀ, ਜਾਂ ਫਿਰ ਉਹਨਾਂ ਦੀ ਜਿਹੜੀ ਕਿ ਰਾਏ ਦਿੱਤੀ ਜਾਂਦੀ ਹੈ ਉਹਨਾਂ ਵੱਲੋਂ, ਉਹਨਾਂ ਦੇ ਉੱਤੇ ਕੋਈ ਇੰਪਲੀਮੈਂਟੇਸ਼ਨ ਨਹੀਂ ਕੀਤੀ ਜਾਂਦੀ, ਕੋਈ ਐਗਜ਼ੀਕਿਊਸ਼ਨ ਨਹੀਂ ਕੀਤੀ ਜਾਂਦੀ, ਤਾਂ ਕਿਤੇ ਨਾ ਕਿਤੇ ਵਿਧਾਇਕਾਂ ਦੀ ਨਾਰਾਜ਼ਗੀ ਬਿਲਕੁਲ ਵਾਜਿਬ ਹੈ। ਲੇਕਿਨ ਸਵਾਲ ਵੱਡਾ ਇਹ ਖੜਾ ਹੁੰਦਾ ਕਿ 3 ਸਾਲ ਬਾਅਦ ਹੀ ਕਿਉਂ ਸਮਝ ਆਈ ਇਹਨਾਂ ਨੂੰ ਜਿਹੜੀ ਅਫਸਰਸ਼ਾਹੀ ਹੈ, ਜਿਹੜੀ ਕਿ ਬਿਊਰੋਕਰੇਸੀ ਹੈ, ਉਹ ਲਗਾਤਾਰ ਇਸ ਸਰਕਾਰ ਦੇ ਟੈਨਿਓਰ ਦੇ ਦੌਰਾਨ ਸੀਗੀ, ਲੇਕਿਨ 3 ਸਾਲ ਬਾਅਦ ਹੀ ਕਿਉਂ ਇਹਨਾਂ ਨੂੰ ਯਾਦ ਆਇਆ ਕਿ ਜਿਹੜੀ ਕਿ ਬਿਊਰੋਕਰੇਸੀ ਹੈ ਹੁਣ ਜ਼ਿਆਦਾ ਹਾਵੀ ਹੁੰਦੀ ਨਜ਼ਰ ਆ ਰਹੀ ਹੈ? ਸ਼ਾਇਦ ਹੋ ਸਕਦਾ ਕਿ ਕੁਛ ਹੋਰ ਕਾਰਨ ਸੀਗੇ ਜਿਨ੍ਹਾਂ ਦੇ ਕਰਕੇ ਨਾਰਾਜ਼ਗੀ ਇਹਨ ਵਿਧਾਇਕਾਂ ਦੀ ਸੀਗੀ, ਅਤੇ ਹੁਣ ਬਿਊਰੋਕਰੇਸੀ ਨੂੰ ਇੱਕ ਤਰੀਕਾ ਬਣਾ ਕੇ, ਇੱਕ ਹਥਿਆਰ ਬਣਾ ਕੇ ਆਪਣੀ ਸਰਕਾਰ ਦੇ ਖਿਲਾਫ਼ ਯੂਜ਼ ਕੀਤਾ ਜਾ ਰਿਹਾ। ਜੀ ਗੁਰੂ, ਠੀਕ ਹੈ ਅਨਮੋਲ, ਆਉਣੇ ਹੋ ਤੁਹਾਡੇ ਕੋਲ, ਅਵਿਨਾਸ਼ ਕੰਬੋਜ ਵੀ ਸਾਡੇ ਨਾਲ ਨਾਲੋ ਨਾਲ ਮੌਜੂਦ ਨੇ ਪਟਿਆਲਾ ਤੋਂ। ਅਵਿਨਾਸ਼, ਤੁਹਾਡੇ ਤੋਂ ਇੱਕ ਚੀਜ਼ ਜਾਣਨਾ ਚਾਹਾਂਗੇ, ਪਿਛਲੇ ਅਗਰ ਮਸਲਿਆਂ ਦੀ ਗੱਲ ਕੀਤੀ ਜਾਵੇ, ਬਹੁਤ ਸਾਰੇ ਮਸਲੇ ਜੋ ਸਾਹਮਣੇ ਆਏ ਨੇ, ਬੇਸ਼ੱਕ ਉਹ ਰਾਜਪੁਰਾ ਦੇ ਅਧੀਨ ਪੈਂਦੇ ਥਾਣਾ ਗੰਡਾਖੇੜੀ ਦੇ ਵਿੱਚ ਜਦੋਂ ਬੱਚੇ ਲਾਪਤਾ ਹੋਏ ਸਨ, ਉੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਸੀ, ਬਹੁਤ ਲੰਬਾ ਸਮਾਂ ਲੱਗ ਗਿਆ ਸੀ ਉਹਨਾਂ ਬੱਚਿਆਂ ਨੂੰ ਲੱਭਣ ਦੇ ਲਈ, ਹੋਰ ਬਹੁਤ ਸਾਰੇ ਮਸਲੇ ਸਨ, ਉਸ ਨੂੰ ਲੈ ਕੇ ਕੀ ਕੁਝ ਕਹੋਗੇ ਤੁਸੀਂ? ਫਿਲਹਾਲ ਸਾਫ਼ ਤੌਰ 'ਤੇ ਕਿਹਾ ਜਾ ਸਕਦਾ ਕਿ ਜੋ ਬਵਾਲ ਉੱਠਿਆ ਜਾਂ ਫਿਰ ਜੋ ਬਿਆਨ ਆਏ ਨੇ ਉਹ ਕਿਤੇ ਨਾ ਕਿਤੇ ਲੌਜੀਕਲੀ ਸਹੀ ਹੋ ਰਹੇ ਨੇ ਜਾਂ ਫਿੱਟ ਹੋ ਰਹੇ ਨੇ? ਅਫਸਰਸ਼ਾਹੀ ਸ਼ਾਇਦ ਉਹਨਾਂ ਦੀ ਸੁਣਵਾਈ ਸੱਚੀ ਨਹੀਂ ਹੋ ਰਹੀ, ਇਹ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ? ਜੀ ਗੁਰਜੋਤ, ਸਾਫ਼ ਤੌਰ 'ਤੇ ਜੇ ਗੱਲ ਕਰੀਏ ਤਾਂ ਅੱਜ ਵੀ ਡਿਪਟੀ ਕਮਿਸ਼ਨਰ ਪਟਿਆਲਾ ਦੇ ਆਫਿਸ ਦੇ ਬਾਹਰ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਸੀਗਾ SDM ਦੀ ਬਦਲੀ ਨੂੰ ਲੈ ਕੇ। ਸਾਫ਼ ਤੌਰ 'ਤੇ ਉਹਨਾਂ ਦਾ ਕਹਿਣਾ ਸੀ ਵੀ ਸਰਕਾਰਾਂ ਇਮਾਨਦਾਰ ਅਫਸਰ ਨੂੰ ਬਹਿਣ ਨਹੀਂ ਦੇ ਰਹੀਆਂ, ਉਹਨਾਂ ਦੇ ਤਬਾਬਲੇ ਕਰ ਰਹੀਆਂ। ਤਾਂ ਕਿਤੇ ਨਾ ਕਿਤੇ ਗੁਰਜੋਤ ਗੱਲ ਇਹੀ
तीन साल पहला क्यों नहीं इन्हों याद आया, तीन साल होने से हूँ याद आ रहा भी अफसर साहब है भी हो चुकी है कुछ ना कुछ अंदर जिहड़ा सरकार दोवां दा। अनमोल तुहाडा भी बहुत बहुत शुक्रिया, अविनाश तुहाडा भी। फिलहाल इस विच वड्डी खबर, इस विच वड्डी खबर सामने आ रही है, वड्डा बयान सामने आया कि कांग्रेस दे विच पार पै चुके हैं कैप्टन साहब साडी नहीं सुनदे। कुल मिला के एक सारे गल्लां दा जवाब एक बयान दे विच दे दिता गया। कैप्टन खिलाफ मदन जलालपुर बोले ने, उन्हां दा वड्डा बयान सामने आया, कैप्टन साहब ज्यादा पढ़े लिखे ने, साडी सुनवाई नहीं है, साडी सोच दे मुताबिक नहीं चल रहे कैप्टन साहब। अहम ते वड्डा बयान जलालपुर दा सामने आया, विभाग ही इन्ने बना दिते ने, विभाग बहुत बना दिते, साडा कोई इत्थे सुनवाई नहीं है, साडी सोच मुताबिक नहीं चलदे। हजे तक उस अफसर शाही नूं दोष दे रहे सन, उन्हां ते इल्जाम ला रहे सन कि अफसर शाही सानू काम नहीं करन दे रही, पर फिलहाल ये वड्डा बयान सामने आया मदन जलालपुर दा। कैप्टन साहब ज़्यादा पढ़े लिखे ने, ओह इस करके साड़ी सोच नहीं मिल रही, ये वड्डे बयान सामने आ रहे ने, साड़ी सोच के मुताबिक नहीं चल रहे कैप्टन साहब, विभाग ही इन्ने बना दिते ने जिसके चलते कोई सुनवाई नहीं हो रही। सो कितना ना कितने सब कुछ इतने उलझदा नजर आ रहा है, ये खराफत दे विच बोलते नजर आ रहे उन्होंने अपने मंत्री। देखो 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 मेरी गल, कैप्टन साहब की अपनी सोच है, वह पढ़े लिखे ज्यादा फौज रहे हैं, उन्होंने सिस्टम अपना, पर साढ़े हिसाब न जो जो असं चाहते हैं भी जो असं चाहते वो कुछ नहीं हो रहा। मैं सरकार फेल नहीं मानता, मैं कैप्टन साहब नहीं कह सकता, कैप्टन साहब बहुत सियाने हैं, पर समा बुलवाना अज समा जोड़ा हैगा साढ़े हक च नहीं है, ये हो जूगा हूँ कैप्टन साहब को पता लग जूगा भी की कर रहे हैं अफसर, क्यों यह जे करप्ट बंद लगेगा, जिन्हें पटियाले लगे ने करप्ट अफसर ने, जब तक करप्ट अफसर निकलते नहीं इतों उदों तक जदों निकल गए आप ही सुधार हो जूगा। जिहड़े बंदे पैसे ले रहे ने जिहड़े अफसर की नहीं पता होगा, असीं दस्सांगे कल्ले कल्ले की रिपोर्ट भी कि बंदा की कर रहा, किहड़ा बंदा की कर रहा, जदों असीं दस्सांगे जाके, पहला असीं लोग डरते दसते नहीं, हुण दस्सांगे भी कैप्टन साहब ये जिले च हो रहा, जदों उन्हें पता लगे उन्हें एक मिनट में नहीं लाना, उन्हें बढ़ के परा मारने हैं, कढ़ दूगा सारयां नूं, जिहड़े गलत ने जिहड़े सही आ रखूगा, कैप्टन साहब क्यों गलत काम करूगा ना, वह करता साडा बहुत। देखो मेरी गल सुनो, एक तो यह गल सुन लो भी जे अज असीं एम एल ए बने हाँ ये किसी बदौलत बने, कैप्टन साहब की जिहड़ी वोट पंजाब च पई आ कैप्टन के नाम नूं सानूं वोट पई सी, जे अज असीं एम एल ए कैप्टन साहब के नाँ ते बने हाँ, जे अज पंजाब च कांग्रेस आ वो कैप्टन साहब के नाँ ते आ। कैप्टन साहब ठीक है कई बार अफसर आले दुआले जिहड़े हुंदे आ वो गमराह कर लैंदे आ, पर हुण गमराह असीं हुण नहीं दवांगे, असीं कैप्टन नाल चटानवां खड़ांगे, जिहड़ा कोई अफसर कताई कर रहा असीं